ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ, ਆਦਾਬ, ਪ੍ਰਣਾਮ ਸਾਰੇ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਦੇ ਭਰਾ ਮੇਰੇ ਹੋ? ਤੁਹਾਡੇ ਵਾਸਤੇ ਵੀਡੀਓ ਬਣਾਉਣ ਲੱਗਾ ਔਰ ਮੈਂ ਆਇਆ ਸੀ ਰੋਬਿਨ ਭਾਅ ਜੀ ਕੋਲ, ਅਤੇ ਰੋਬਿਨ ਭਾਅ ਜੀ ਕੋਲ ਇੱਕ ਚੂਚੀ ਆ, ਚੂਚੀ ਪੱਠੀ, ਦਿਲ ਹੀ ਖੁਸ਼ ਹੋ ਗਿਆ ਮੇਰਾ ਉਹਨੂੰ ਵੇਖ ਕੇ। ਮੈਂ ਕਿਹਾ ਵਧੋ ਵਧੀ ਉਹਦੀ ਵੀਡੀਓ ਬਣਾਉਣੀ ਆ, ਤੁਹਾਨੂੰ ਉਹ ਵਿਖਾਉਣਾ, ਵੇਖ ਕੇ ਤੁਹਾਨੂੰ ਮਜ਼ਾ ਆ ਜੂਗਾ। ਰੋਬਿਨ ਭਾਅ ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਜੀ? ਵਧੀਆ ਵੀ, ਤੁਸੀਂ ਸੁਣਾਓ? ਠੀਕ ਠਾਕ ਜੀ। ਹਾਂਜੀ ਹਾਂਜੀ। ਸੋ ਭਰਾਓ ਮੇਰਿਓ, ਇੱਕ ਪੱਠੀ ਦੇਖਿਓ, ਬਿਲਕੁਲ ਧਿਆਨ ਨਾਲ ਦੇਖਿਓ ਇਹਨੂੰ, ਆਰਾਮ ਨਾਲ। ਇਹਦਾ ਤਾਜ, ਇੱਧਰੋਂ ਚਿਹਰਾ ਦਿਖਾਉਂਦੇ ਹਾਂ ਤੁਹਾਨੂੰ। ਆਹ ਥੋੜ੍ਹੀ ਜਿਹੀ ਅੱਖ 'ਚ ਇੱਧਰੋਂ ਪ੍ਰੋਬਲਮ ਕਰ ਗਈ ਮਾੜੀ ਜਿਹੀ, ਅਤੇ ਇੱਧਰੋਂ ਅੱਖ ਦੇਖੋ। ਹੁਣ ਜਿਹੜੀ ਚੀਜ਼ ਤੁਹਾਨੂੰ ਵਿਖਾਉਣ ਜਾ ਰਿਹਾ ਉਹ ਜਰਾ ਧਿਆਨ ਨਾਲ ਵੇਖਿਓ, ਨਲੀਆਂ ਵੇਖੋ, ਨਲੀਆਂ ਵੇਖ, ਨਿਰੀ ਚਾਂਦੀ, ਨਿਰੀ ਚਾਂਦੀ ਚੌਰਸ। ਆਹ ਚੀਜ਼ ਜੇ ਪੁਰਾਣੀ ਜਾਨਵਰਾਂ ਦੀ ਨਿਸ਼ਾਨੀ, ਚੌਰਸ ਨਲੀਆਂ ਵੇਖੋ। ਇਹ ਤੇ ਬੈਠੀ ਹੈ ਨਾ, ਹੁਣ ਇਹਨੂੰ ਜਿਹੜਾ ਛੱਡ ਕੇ ਛੱਡਿਓ ਥੱਲੇ ਮਾੜਾ ਜਿਹਾ ਭਾਈ, ਇਹਦੀ ਤੋਰ ਦੇਖਿਓ ਮਾੜੀ ਜੀ, ਵੇਖੋ ਤੋਰ, ਕਲਰ ਵੇਖੋ ਇਹਦਾ, ਪੈਰ ਵੇਖੋ ਰੱਖਦੀ, ਪੈਰ ਵੇਖੋ ਰੱਖਦੀ, ਅੱਗੇ ਪੈਰ ਨੂੰ ਕ੍ਰੋਸ ਕਰਕੇ ਰੱਖਦੀ, ਲੱਤ ਨੂੰ ਕ੍ਰੋਸ ਕਰਕੇ ਰੱਖਦੀ, ਅਤੇ ਛਾਤੀ ਚੁੱਕ ਕੇ ਤੁਰਦੀ। ਇਹ ਕਾਫੀ ਪੱਠੀ ਇਹਦੇ ਨਾਲ ਦੀ, ਇਹ ਵੀ ਉਹਦੀ ਭੈਣ ਹੀ ਆ। ਉਹ ਦੇਖੋ ਜਰਾ, ਰੱਬ ਨੂੰ ਭਾਈ ਮਾੜਾ ਲਾ ਕੇ ਕਰਿਓ, ਹੌਲੀ ਹੌਲੀ, ਆ ਦੇਖੋ ਛਾਤੀ ਚੁੱਕ ਕੇ ਤੁਰਦੀ, ਵੇਖੋ ਸਟਾਈਲ ਉਹਦਾ ਲੋਣ ਦਾ। ਹੁਣ ਕੋਈ ਇਹ ਨਾ ਕਹੇ ਸ਼ਾਮੋ ਆ ਜਾਂ ਸ਼ਾਮੋ ਮਿਕਸ, ਨਾ ਦੀ ਨਾ ਸ਼ਾਮੋ ਲੱਗ ਲੱਗ ਨਹੀਂ ਮੈਂ ਸਾਡੇ ਕੋਲ, ਇਹ ਉਹੀ ਸ਼ਾਮੋ ਆ ਗਾਂ ਦੀ ਗਾਂ, ਜਿਹੜਾ ਮੈਂ ਕਿਹਾ ਸੀ ਇੱਕ ਵਾਰੀ ਸ਼ਾਮੋ ਮੁਰਗਾ, ਇਹ ਉਹਦੀ ਪੜਪੋਤਰੀ ਆ, ਗਾਂ ਦੀ ਗਾਂ ਪੜਪੋਤਰੀ ਸ਼ਾਮੋ ਦੀ। ਇਹ ਮੁਰਗੀ ਪੱਠੀ ਆਉਣ ਵਾਲੇ ਸਮੇਂ ਦੀ ਬਹੁਤ ਸੋਹਣੀ ਖੂਬਸੂਰਤ ਜਾਨਵਰ ਬਣੂਗਾ। ਵਾਹਿਗੁਰੂ ਇਹਦੀ ਲੰਮੀ ਉਮਰ ਕਰੇ, ਬਚੀ ਰਹੇ। ਬਾਕੀ ਉਹ ਇੱਕ ਪੱਠਾ ਭਾਅ ਜੀ, ਉਹਦੇ ਬਾਰੇ ਦੱਸੋ। ਪੱਠਾ ਹੈ ਆਪਣਾ ਜਾਨਵਰ ਭਾਅ ਜੀ, ਵਧੀਆ ਗਿਆ, ਜ਼ਿਆਦਾ ਲੰਮਾ ਜਾਨਵਰ ਵੀ ਬਹੁਤਾ ਸੋਹਣਾ ਨੀ ਜੇ ਲੱਗਦਾ, ਇਹ ਬਿਲਕੁਲ ਬਹਿ ਗਿਆ ਸੀਗਾ, ਤੁਰਨ ਫਿਰਨ ਲੱਗ ਪਿਆ। ਫਿਰ ਜਾਨਵਰ ਹੈ ਨਸਲੀ ਆ, ਅੱਧੋਂ ਵੱਧ ਕੇ ਵਧੀਆ ਵਾ, ਹੁਣ ਤਾਂ ਧੋਣ ਦੇ ਚੰਗੇ ਮਣਕੇ। ਛੱਡਿਓ ਭਾਈ ਨੂੰ, ਬਹੁਤ ਬਹਿ ਗਿਆ ਸੀ ਅਤੇ ਹੁਣ ਫਿਰ ਤੁਰਨ ਫਿਰਨ ਲੱਗ ਪਿਆ। ਇਹ ਬਿਲਕੁਲ ਬੈਠ ਗਿਆ ਸੀ, ਇਹ ਦੁਬਾਰਾ ਚਲਾਇਆ ਇਹਨੂੰ, ਹੁਣ ਡਰਪੋਕ ਡਰਿਆ ਆ ਜ਼ਰਾ। ਆਹ ਇੱਕ ਆ ਪੀਲੀ ਹੈ, ਇਹ ਭੈਣ ਭਰਾ। ਚਲੋ ਅਗਲੀ ਵੀਡੀਓ ਬਣਾਉਂਦੇ ਹਾਂ ਤੁਹਾਡੀ, ਫਿਲਹਾਲ ਇਸ ਵੀਡੀਓ ਨੂੰ ਇੰਜੋਏ ਕਰੋ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।